ਘੱਟ ਸਾਰੰਗੀ ਦੇ ਮਾਹਿਰ ਗਾਣੇ ਵਾਲੇ ਅੱਜ ਸਾਡੇ ਕੋਲੋਂ ਅਲਵਿਦਾ ਕਹਿ ਕੇ ਉਹ ਸਵਰਗਾਂ ਦੇ ਵਿੱਚ ਜਾ ਪਧਾਰੇ ਅਤੇ ਉਹਨਾਂ ਦੇ ਪਰਿਵਾਰ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਹੋਈ ਜਿਸ ਵਿੱਚ ਉਹਨਾਂ ਨੇ ਉਹਨਾਂ ਦੇ ਬਾਰੇ ਦੱਸਿਆ। ਪਰ ਉਹਨਾਂ ਨੇ ਗਾਇਕੀ ਨੂੰ ਜ਼ਿਆਦਾ ਮਹੱਤਵ ਦਿੰਦੇ ਹੋਏ ਪੈਸੇ ਦੀ ਕਦੀ ਵੀ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਨੇ ਆਪਣੇ ਇਸ ਢੱਡ ਸਾਰੰਗੀ ਨੂੰ ਕਾਇਮ ਰੱਖਿਆ। ਅੱਜ ਅਸੀਂ ਮਸ਼ਹੂਰ ਗਾਇਕੀ ਦੇ ਪੰਜਾਬ ਦੇ ਨੁਮਾਇੰਦੇ ਇੱਦੂ ਸ਼ਰੀਫ ਦੇ ਘਰ ਪਹੁੰਚੇ ਹਾਂ ਜੀ, ਅਤੇ ਸਾਡੇ ਨਾਲ ਉਹਨਾਂ ਦਾ ਪਰਿਵਾਰ ਸਮੁੱਖ ਪਰਿਵਾਰ ਮੌਜੂਦ ਹੈ। ਅਤੇ ਅੱਜ ਬੜੀ ਦੁਖਦ ਘੜੀ ਹੈ ਜਿਹੜੀ ਅਸੀਂ ਉਹਨਾਂ ਦੇ ਘਰ ਪਹੁੰਚੇ ਨੇ ਅਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਸਵਰਗਾਂ 'ਚ ਵਾਸ ਕਰ ਗਏ ਨੇ ਅਤੇ ਅੱਜ ਉਹਨਾਂ ਦਾ ਸਮੁੱਚ ਪਰਿਵਾਰ ਸਾਡੇ ਨਾਲ ਮੌਜੂਦ ਹੈ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੁਲਜ਼ਾਰ ਹੈ ਵਿੱਕੀ, ਸੁੱਖ ਮੇਰਾ ਨਾਮ ਸੁੱਖੀ ਖਾਨ, ਸੁੱਖੀ ਨਾਮ। ਹਾਂਜੀ, ਅਤੇ 7 ਤਰੀਕ ਨੂੰ 2 ਵਜੇ ਬਿਮਾਰ ਹੋਏ ਸੀਗੇ ਇਹ, ਇੱਕਦਮ ਅਟੈਕ ਹੋਇਆ। ਥੋੜ੍ਹੀ ਜਿਹੀਆਂ ਸੇਵੀਆਂ ਖਾਈਆਂ ਅਤੇ ਨਾਲ ਦੀ ਨਾਲ ਉਲਟੀ ਆ ਗਈ ਇਹਨਾਂ ਦੀ, ਨਾਲ ਦੀ ਨਾਲ। ਮੈਂ ਦੂਜੇ ਨੰਬਰ 'ਤੇ ਭਾਈ, ਹਾਂਜੀ ਮੇਰਾ ਨਾਮ ਗੁਲਜ਼ਾਰ ਖਾਨ ਹੈ। ਜੀਵਨ ਹੈ ਹੀ ਸੰਘਰਸ਼, ਨਿਕਲਿਆ ਵੀ ਸੰਘਰਸ਼, ਠੀਕ ਹੈ। ਸ਼ੁਰੂ ਤੋਂ ਹੀ ਇਹਨਾਂ ਨੇ ਮਿਹਨਤ ਇੰਨੀ ਕੀਤੀ ਹੈ ਕਿ ਬਹੁਤ ਹੱਦ ਤੋਂ ਜ਼ਿਆਦਾ, ਪਿੰਡਾਂ 'ਚ ਜਾ ਕੇ, ਮੇਲਿਆਂ 'ਚ ਜਾ ਕੇ, ਠੀਕ ਹੈ ਜੀ, ਕਦੀ ਕਿਸੇ ਤੋਂ ਜ਼ਿਆਦਾ ਪੈਸੇ ਦੀ ਡਿਮਾਂਡ ਨਹੀਂ ਕਰੀ ਹੈਗੀ, ਜਿਸ ਨੂੰ ਵੀ ਚਲੋ ਜਿਸ ਨੂੰ ਦੇ ਕੇ ਚਲੋ, ਠੀਕ ਹੈ ਜੀ। ਸਰਕਾਰੀ ਪ੍ਰੋਗਰਾਮ ਵੀ ਕਰਦੇ ਰਹੇ ਪਿੰਡਾਂ ਪਿੰਡਾਂ 'ਚ ਜਾ ਕੇ, ਇੱਕਦਮ ਨਹੀਂ ਨਾਮ ਕਰਿਆ ਹੈਗਾ ਜੀ, ਮੈਂ ਇੱਕਦਮ ਇਹ ਹੋ ਗਿਆ। ਹੌਲੀ 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 ਜਿੰਨੀ ਜਿੰਨੀ ਮਿਹਨਤ ਲੱਗਦੀ ਰਹੀ, ਮਿਹਨਤ ਨਹੀਂ ਛੱਡੀ ਕਦੀ, ਦਿੱਲੀ, ਗੁਜਰਾਤ, ਕਾਫੀ ਹਿੰਦੁਸਤਾਨ 'ਚ ਸਾਰੀ ਜਗ੍ਹਾ ਹੀ ਜਾ ਚੁੱਕੇ ਤਕਰੀਬਨ। ਜੰਮੂ ਕਸ਼ਮੀਰ ਸਰਕਾਰੀ ਪ੍ਰੋਗਰਾਮ ਸੀਗਾ, ਉੱਧਰਲੀ ਸਰਕਾਰ, ਜੰਮੂ ਕਸ਼ਮੀਰ ਸਰਕਾਰ ਨੇ ਬੁਲਾਇਆ ਸੀਗਾ। ਕਨੇਡਾ ਵੀ ਸ਼ੋਅ ਕਰਕੇ ਆਏ ਹਾਂ ਅਸੀਂ, ਸਾਊਥ ਹਿੰਦ ਦੇ ਮੇਲੇ 'ਤੇ, ਗਦਰੀਆਂ ਦੇ ਮੇਲੇ 'ਤੇ, ਬਾਬੇ ਗਦਰੀਆਂ ਦੇ ਮੇਲੇ 'ਤੇ ਗੋਲਡ ਮੈਡਲਿਸਟ ਬਣਾ ਕੇ ਉਹਨਾਂ ਨੇ ਸਟਾਰ ਦਿੱਤਾ ਸੀਗਾ ਉਹਨਾਂ ਨੂੰ। ਮਲਕੀਤ ਸਿੰਘ ਦੁੱਤ ਕਦੋਤੀਆਂ ਵਾਲੇ ਨੂੰ ਮਿਲਿਆ ਸੀਗਾ ਅਵਾਰਡ, ਇਹ ਉਹੀ ਅਵਾਰਡ ਇੱਦੂ ਸ਼ਰੀਫ ਨੂੰ ਦਿੱਤਾ ਸੀਗਾ ਉਹਨਾਂ ਨੇ। ਅਤੇ ਉੱਥੇ ਬਹੁਤ ਇੱਜ਼ਤ ਕਰੀ ਇਸ ਕਲਚਰ ਦੀ, ਕਰਦੇ ਵੀ ਹੈ ਜਿਹੜੇ ਇਹਦੇ ਪੰਜਾਬੀ ਅੱਧਾ, ਅਸੀਂ ਧੰਨਵਾਦ ਕਰਦੇ ਜਿੰਨੇ ਵੀ ਮੇਰੇ ਵੀਰ ਪੰਜਾਬੀ ਜਿੱਥੇ ਵੀ ਬੈਠੇ ਦੁਨੀਆਂ ਦੇ ਕੋਨੇ ਕੋਨੇ 'ਤੇ। ਸਭ ਤੋਂ ਪਹਿਲਾਂ ਤਾਂ ਅਸੀਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਤੱਕ, ਇਹਨਾਂ ਦੀ ਬਿਮਾਰੀ ਦੇ ਜੂਝਦੇ ਸੀਗੇ, ਇਹਨਾਂ ਦੀ ਹੈਲਪ ਕੀਤੀ ਹੈ ਜਿਨ੍ਹਾਂ ਦਾ ਵੀ ਮੇਰੇ ਦੋਸਤਾਂ ਮਿੱਤਰਾਂ ਨੇ, ਠੀਕ ਹੈ। ਅੱਗੇ ਵਾਸਤੇ ਹੁਣ ਇਹਨਾਂ ਦਾ ਜਿਵੇਂ ਹਿਸਾਬ ਨਾਲ ਇਹਨਾਂ ਦਾ ਨਾਮ ਹੈ, ਘੱਟ ਤੋਂ ਘੱਟ 1000 ਬੰਦਾ ਜੀ, ਸਾਨੂੰ ਉਮੀਦ ਹੈ ਕਿ ਉਹ ਆਣਗੇ ਹੀ ਆਣਗੇ, ਠੀਕ ਹੈ ਜੀ। ਬਾਕੀ ਜਿਹਦੀ ਕੋਈ, ਹਾਂਜੀ 15 ਜਨਵਰੀ, ਠੀਕ ਹੈ ਜੀ, ਇਹਨਾਂ ਦੀ ਡੇਟ ਰੱਖੀ ਗਈ ਹੈ ਗੁਰਦੁਆਰਾ ਰਵਿਦਾਸ ਮਨੀ ਮਾਦਰਾ। ਠੀਕ ਹੈ ਜੀ, ਜਿਹੜੇ ਮੇਰੇ ਦੋਸਤ ਮਿੱਤਰ ਨਹੀਂ ਪਹੁੰਚ ਸਕੇ ਜਦੋਂ ਦਫਨਾ ਸੀਗਾ, ਅਤੇ ਉੱਥੇ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰੋ। ਧੰਨਵਾਦ, ਬਹੁਤ ਬਹੁਤ ਧੰਨਵਾਦ।